ਅੱਜ ਕਿਸਾਨ ਜਥੇਬੰਦੀਆਂ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਈ ਥਾਂ ਰੋਸ ਮੁਜ਼ਾਹਰੇ ਕੀਤੇ। ਕਿਸਾਨਾਂ ਦੀ ਮੰਗ ਹੈ ਕਿ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਦੇ ਵੱਲੋਂ ਬੰਦੇ ਮੁਆਵਜ਼ੇ ਦੀ ਰਕਮ ਪੂਰੀ ਨਹੀਂ ਦਿੱਤੀ ਜਾ ਰਹੀ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਰਹੀ, ਜਿਸ ਕਰਕੇ ਕਰਜ਼ੇ 'ਚ ਫਸੇ ਕਈ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਕਿਸਾਨਾਂ ਵੱਲੋਂ ਬਲਕਿ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ 'ਚ ਵੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਜਿਹੜਾ ਕਰਜ਼ੇ ਦੇ ਵਿੱਚ ਪੀੜਤ ਕੀਤਾ ਪੰਜਾਬ ਨੂੰ, ਲੋਕਾਂ ਨੇ ਕਿਸਾਨਾਂ ਨੇ ਐਡੀ ਵੱਡੀ ਕਮਾਈ ਕਰੀ, ਜਦੋਂ ਹਰੀ ਕ੍ਰਾਂਤੀ ਆਈ ਨਾਅਰੇ ਦੇ ਕੇ ਇਹਨਾਂ ਨੇ ਪਾਸ ਕੀਤੀ ਇੱਥੇ ਵੀ ਵੱਡੀ ਮਿਹਨਤ ਕੀਤੀ ਹੈ, ਦਾਣਿਆਂ ਦੇ ਢੇਰ ਲਾ ਤੇ ਮੰਡੀਆਂ ਭਰਤੀਆਂ, ਪਰ ਇੱਥੇ ਬਣਿਆ ਕਿ ਇੱਥੇ ਸਾਡੀ ਧਰਤੀ ਵੀ ਜ਼ਹਿਰੀਲੀ ਹੋ ਗਈ, ਇੱਥੇ ਲੋਕ ਵੀ ਕਰਜ਼ਈ ਹੋ ਗਏ। ਕਰਜ਼ਈ ਹੋ ਕੇ ਜਦੋਂ ਕਰਜ਼ਾ ਮੁੜਿਆ ਨਹੀਂ, ਗਲ ਗਲ ਕਰਜ਼ਾ ਚੜ੍ਹ ਗਿਆ, ਹੁਣ ਉਹ ਲੋਕ ਜ਼ਮੀਨ ਘੱਟਦੀ ਤੁਰੀ ਜਾਂਦੀ ਹੈ, ਰਬੜ ਤਾਂ ਹੀ ਨਹੀਂ ਵੀ ਵਧੀ ਜਾਊਗੀ, ਪਰ ਕਮਾਈ ਇੰਨੀ ਕਰਕੇ ਲੋਕਾਂ ਨੇ ਦਾਣਾ ਸਰਕਾਰ ਦੇ ਭੰਡਾਰ ਭਰਤੇ, ਪਰ ਕਰਜ਼ਾ ਗਲ ਗਲ ਚੜ੍ਹ ਗਿਆ। ਆਹ ਨਰਮੇ ਦੀ ਮੰਗ ਵਿੱਚ ਹੀ ਲਟਕੀ ਜਾਂਦੀ ਹੈ, ਆਈ ਗੜਿਆਂ ਵਾਲੀ ਲਟਕੀ ਜਾਣੀ ਹੈ, ਬਹੁਤ ਵੱਡੀ ਕਿਸਾਨੀ ਤੇ ਮਾਰ ਪਈ ਹੈ ਗੜਿਆਂ ਦੀ, ਪਰ ਸਰਕਾਰ ਇਹਦਾ ਫੌਰੀ ਇਲਾਜ ਕਰੇ, ਫੌਰੀ ਗਰਦੌਰੀ ਕਰਕੇ ਲੋਕਾਂ ਨੂੰ ਮੁਆਵਜ਼ਾ ਦੇਵੇ। ਇਹਦੇ ਵਿੱਚ ਕਰਜ਼ੇ ਵਾਲੀ ਜਿਹੜੀ ਮੰਗ ਹੈ ਉਹ ਸਭ ਤੋਂ ਅੱਗੇ ਹੈ, ਜਿਹੜੀ ਕਰਜ਼ੇ ਦੀਆਂ ਮਾਰੀਆਂ ਹੋਈਆਂ ਕਿਸਾਨੀਆਂ ਜਿਹੜੀ ਉਹ ਖੁਦਕੁਸ਼ੀਆਂ ਕਰ ਰਹੀ ਹੈ, ਮਜ਼ਦੂਰ ਖੁਦਕੁਸ਼ੀਆਂ ਕਰ ਰਹੀਆਂ ਨੇ, ਉਹ ਜਿਹੜਾ ਖੁਦਕੁਸ਼ੀਆਂ ਦਾ ਮੁਆਵਜ਼ੇ ਵਾਲੀ ਮੰਗ ਹੈ ਉਹ ਸਾਡੀ ਬਰਕਰਾਰ ਸਰਕਾਰ ਦੀ ਮੰਨੀ ਹੋਈ ਮੰਗ ਹੈ, ਉਹ ਅਜੇ ਤੱਕ ਲਾਗੂ ਨਹੀਂ ਕੀਤੀ। ਕਰਜ਼ਾ ਕਾਨੂੰਨ ਬਣਾਉਣ ਦੀ ਮੰਗ ਮੰਨੀ ਹੋਈ ਹੈ ਸਰਕਾਰ ਨੇ, ਉਹ ਅਜੇ ਤੱਕ ਲਾਗੂ ਨਹੀਂ ਕੀਤੀ। ਜਿਹੜੀਆਂ ਇਹ ਮਾਈਆਂ ਸਾਡੇ ਇਕੱਠਾਂ 'ਚ ਆਈਆਂ ਨੇ, ਜਿਹਨਾਂ ਕੋਲ ਫੋਟੋਆਂ ਨੇ ਖੁਦਕੁਸ਼ੀਆਂ ਕੀਤੀਆਂ ਪਰਿਵਾਰਾਂ ਦੀਆਂ, ਇਹ ਇਹਨਾਂ ਦੇ ਜਾਂ ਪਤੀ ਨੇ ਜਾਂ ਭਰਾ ਨੇ ਜਾਂ ਪੁੱਤਰ ਨੇ, ਉਹਨਾਂ ਦੀਆਂ ਖੁਦਕੁਸ਼ੀਆਂ ਦੇ ਇਹਨਾਂ ਦੇ ਮੁਆਵਜ਼ਾ ਲੈਣ ਦੀ ਖਾਤਰ ਇਹਨਾਂ ਨੇ ਲਗਭਗ ਫਾਰਮ ਦਿੱਤੇ ਹੋਏ ਨੇ, ਡੀਸੀ ਸਾਹਿਬ ਕੋਲ ਫਾਰਮ ਗਏ ਹੋਏ ਨੇ। ਅਜੇ ਤੱਕ ਸੰਗਰੂਰ ਜ਼ਿਲ੍ਹੇ ਨੂੰ ਇੱਕ ਵੀ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ ਜਦੋਂ ਦੇ ਆਹ ਫਾਰਮ ਅਸੀਂ ਜਮ੍ਹਾਂ ਕਰਵਾਏ ਨੇ। ਮੇਰੇ ਘਰ ਵਾਲੇ ਨੂੰ ਦਿਮਾਗੀ ਟੈਨਸ਼ਨ ਪੈ ਗਈ, ਦਿਮਾਗੀ ਟੈਨਸ਼ਨ ਪਈ ਤੋਂ ਬਾਅਦ ਅਸੀਂ ਬਹੁਤ ਉਹਦਾ ਇਲਾਜ ਕਰਾਇਆ, ਬਹੁਤ ਉਹਦੇ ਮਗਰ ਫਿਰੇ, ਜਦ ਸਾਡੇ ਘਰ ਲੈਣੇ ਦੇਣੇ ਵਾਲੇ ਜ਼ਿਆਦਾ ਆਉਣ ਲੱਗੇ ਤਾਂ ਉਹਨਾਂ ਨੇ ਉਸੇ ਖੇਤ ਵਿੱਚ ਜਾ ਕੇ ਸਪਰੇ ਪੀ ਲਈ। 2001 ਦੇ ਵਿੱਚ ਜੀ 18 ਸਾਲ ਹੋ ਗਏ, ਮੈਨੂੰ ਕੁਛ ਨਹੀਂ ਮਿਲਿਆ ਅੱਜ ਤੱਕ, ਕੋਈ ਵੀ ਸਹਾਇਤਾ ਨਹੀਂ ਮਿਲੀ ਹੈਗੀ ਕਿਸੇ ਤਰ੍ਹਾਂ ਦੀ ਵੀ, ਕੋਈ ਨਾ ਮੇਰੇ ਬੱਚੇ ਨੂੰ ਨੌਕਰੀ, ਨਾ ਮੈਨੂੰ ਕੋਈ ਪੈਸਾ, ਮੈਨੂੰ ਹੁਣ ਤੱਕ ਕੁਛ ਨਹੀਂ ਮਿਲਿਆ। ਜਿਹੜੀਆਂ ਪੰਜਾਬ ਸਰਕਾਰ ਨੇ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ, ਉਹਨਾਂ ਵਾਸਤੇ ਸਮੁੱਚੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਜਥੇਬੰਦੀ ਨੇ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਆ। ਉੱਥੇ ਅੱਜ ਮੰਗ ਪੱਤਰ ਪਹੁੰਚਦਾ ਕਰਨਾ ਹੈ ਡੀਸੀ ਦਫ਼ਤਰ ਤੋਂ ਰਾਹੀਂ ਪੰਜਾਬ ਸਰਕਾਰ, ਜੇ ਸਾਡੀਆਂ ਮੰਗਾਂ ਲਾਗੂ ਉਹਨਾਂ 'ਤੇ ਗੌਰ ਨਹੀਂ ਕਰਦੀ ਅਤੇ ਅੱਗੇ ਵੱਡੇ ਪੱਧਰ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਜਥੇਬੰਦੀ ਮੀਟਿੰਗ ਕਰਕੇ ਜਿਹੜਾ ਵੀ ਸੰਘਰਸ਼ ਲਿਖੂਗੀ ਉਹਦਾ ਜਿਹੜੀ ਅਗਲੀ ਕਾਰਵਾਈ ਉਹ ਬਾਅਦ 'ਚ ਕੀਤੀ ਜਾਵੇ। ਮੇਨਲੀ ਤਾਂ ਇਹਨਾਂ ਦੀਆਂ ਡਿਪੈਂਡਸ ਕੰਸਰਨ ਨੇ, ਜੋ ਵੀ ਇਹ ਲੋਨਸ ਲੈਂਦੇ ਨੇ ਉਹਨਾਂ 'ਤੇ ਜੋ ਇੰਟਰਸਟ ਰੇਟ ਉਹਦੇ ਕੰਸਰਨ ਵਿੱਚ ਇਹ ਚਾਹੁੰਦੇ ਨੇ ਕਿ ਇੰਟਰਸਟ ਰੇਟ ਇੱਕ ਲਿਮਿਟਿਡ ਕੀਤਾ ਜਾਵੇ। ਨੰਬਰ 2 ਤਾਂ ਮੇਨਲੀ ਇਹ ਚਾਹੁੰਦੇ ਨੇ ਕਿ ਜੋ ਸੁਸਾਈਡ ਫਾਰਮਰ ਸੁਸਾਈਡ ਕਰਦੇ ਨੇ, ਫਾਰਮਰ ਨੂੰ ਸੁਸਾਈਡ ਕਰਨ ਤੋਂ ਬਾਅਦ ਕੀ ਗਵਰਨਮੈਂਟ ਵੱਲੋਂ ਕੀ ਹੈਲਪ ਔਫਰ ਕੀਤੀ ਜਾਂਦੀ ਆ, ਉਹ ਡਿਟਰਮਿਨ ਕਰਨਾ ਚਾਹੁੰਦੇ ਨੇ ਲਿਮਿਟ ਉਸ ਹੈਲਪ ਦੀ। ਇਸ ਤੋਂ ਇਲਾਵਾ ਇਹਨਾਂ ਨੇ ਦੁਆਰਾ ਪਸ਼ੂ ਜੋ ਘੁੰਮਦੇ ਨੇ ਸੜਕਾਂ 'ਤੇ, ਜੋ ਕਿ ਜਨਰਲ ਪਬਲਿਕ ਲਈ ਵੀ ਇੱਕ ਬਹੁਤ ਹੀ ਹੈਡੇਕ ਹੈ, ਉਹਨੂੰ ਸੋਲਵ ਕਰਨਾ ਚਾਹੁੰਦੇ ਨੇ। ਇਸ ਤੋਂ ਇਲਾਵਾ ਹੋਰ ਵੀ ਕਾਫੀ ਡਿਮਾਂਡਸ ਨੇ ਇਹਨਾਂ ਦੀਆਂ ਜੋ ਅਸੀਂ ਸਰਕਾਰ ਤੱਕ ਪਹੁੰਚਾਉਂਗੇ ਇਸ ਮੈਮੋਰੈਂਡਮ ਦੇ ਥਰੂ।